दैनिक सवेरा देख रहे हो तुसीं तां मैं मसिंग इकबाल आम आदमी पार्टी के वालों सुशील कुमार रिंकू के हक के विधानसभा हलका फलोर के जो कि रोड शो किया जा रहा है तो चेतन सिंह जोड़ा माजरा कैबिनेट मंत्री उत्थे पहुंचे हुए हैं। चेतन जी किवें देख रहे हो फलोर के अज रोड शो कटिया जा रहा है, लोगों के किस तरह का रिस्पोंस है देखने मिल रहा? देखो पंजाब दे विच पंजाब दे लोकां ने 92 MLA बना के सरदार भगवंत सिंह जी मान की सरकार बनाई आ और एक साल दे विच जिन्ने कम पंजाब सरकार ने साडे मुख्यमंत्री भगवंत मान साहब ने पंजाब दे कीते ने रिकॉर्ड है एक साल दे विच इन्ने कम कीते हुण सो उस नूं देखदे होए आ जलंधर जिहड़ा हलके की लोग सभा बायपोल हो रही है उत्थे लोग वड्डी जिहड़े मार्जन दे नाल जिता के लोग सभा दे विच सुशील रिंकू जी नूं भेजणगे। सो सानूं उम्मीद है कि जलंधर दे लोग अपनी वोट का इस्तेमाल सही तरीके नाल करनगे क्योंकि आम आदमी पार्टी की सरकार पंजाब च है, एक साल लंघा, चार साल होर पए ने, होर भी बहुत सारा काम है असीं पंजाब दे विच करना चाहुंदे। सो ऐतकी की जिहड़ी वोट आ उह सरकार दे कम्मां नूं जिहड़ी पैण जा रही। ਕਿਤੇ ਜੀ ਲੋਕਾਂ ਦੇ ਵਿੱਚ ਵਿਚਰ ਰਹੇ ਹੋ, ਲੋਕਾਂ ਨਾਲ ਮੀਟਿੰਗਾਂ ਕਰ ਰਹੇ ਹੋ, ਡੋਰ ਟੂ ਡੋਰ ਵੀ ਹੋ ਰਹੇ ਹੋ, ਲੋਕਾਂ ਦੇ ਜ਼ਿਹਨ ਦੇ ਵਿੱਚ ਕੀ ਹੈ, ਲੋਕਾਂ ਦੇ ਮਨ 'ਚ ਕੀ ਚੱਲ ਰਿਹਾ? ਦੇਖੋ ਲੋਕ ਤਿਆਰ ਨੇ, ਲੋਕਾਂ ਨੂੰ ਪਤਾ ਹੈ ਕਿ ਇਸ ਹਲਕੇ ਦੀ ਜਿਵੇਂ ਗੱਲ ਫਲੋਰ ਦੇ ਵਿੱਚ ਆ ਜਿਹੜਾ MLA ਆ ਉਹਦੇ 'ਚ ਹੈਂਕੜੇ ਇੰਨੀ ਆ ਕਿ ਸਿੱਧੇ ਮੂੰਹ ਕਿਸੇ ਦੀ ਗੱਲ ਨਹੀਂ ਕਰਦਾ। ਸੋ ਇਸ ਕਰਕੇ ਔਰ ਜਿਹੜੀ ਸਰਕਾਰ ਕੰਮ ਕਰ ਰਹੀ ਉਹਨੂੰ ਦੇਖਦੇ ਹੋਏ ਜਿਹੜੇ ਬਹੁਤ ਸਾਰੇ ਵੱਡੇ ਮਾਰਜਨ 'ਤੇ ਅਸੀਂ ਫਲੋਰ ਵਿਧਾਨ ਸਭਾ ਵੀ ਜਿੱਤ ਕੇ ਦੇਵਾਂ ਔਰ ਜਲੰਧਰ ਵੀ ਜਿਹੜੀ ਜਿੱਤ ਕੇ ਭਗਵੰਤ ਮਾਨ ਜੀ ਦੀ ਝੋਲੀ ਅਰਵਿੰਦ ਕੇਜਰੀਵਾਲ ਦੀ ਝੋਲੀ ਲੱਗਦਾ। ਜੇਕਰ ਪਿਛਲੇ ਗੱਲ ਕਰੀਏ ਸੀਟਾਂ ਦੀ ਤਾਂ 2 ਤੋਂ 3 ਦਹਾਕਿਆਂ ਤੋਂ ਕਾਂਗਰਸ ਦਾ ਕਬਜ਼ਾ ਰਿਹਾ, ਹੁਣ ਤੁਸੀਂ ਵੀ ਸੜਕਾਂ 'ਤੇ ਘੁੰਮ ਰਹੇ ਹੋ, ਪਿੰਡਾਂ ਦੇ ਵਿੱਚ ਘੁੰਮ ਰਹੇ ਹੋ, ਸ਼ਹਿਰਾਂ 'ਚ ਘੁੰਮ ਰਹੇ ਹੋ, ਕੀ ਲੱਗਦਾ ਉਸ ਤਰੀਕੇ ਨਾਲ ਵਿਕਾਸ ਜਿਹੜਾ ਹੋਣਾ ਚਾਹੀਦਾ ਜਲੰਧਰ ਦਾ ਉਹ ਨਹੀਂ ਹੋਇਆ? ਦੇਖੋ ਇਹ ਤਾਂ ਬਿਲਕੁਲ ਨੇਚਰਲੀ ਆ, ਇੱਕ ਜਿਹੜੀ ਬਾਬੇ ਦਾਦਿਆਂ ਤੋਂ ਜਿਹੜੇ ਆ ਇਲੈਕਸ਼ਨ ਲੜਦੇ ਆ ਰਹੇ ਤੇ ਉਹੀ ਨੇ ਆਮ ਆਦਮੀ ਪਾਰਟੀ ਦੇ ਉਹ ਲੋਕ ਨੇ ਜਿਨ੍ਹਾਂ ਦੇ ਕੋਈ ਪਿਤਾ ਪੁਰਖੀ ਕੋਈ ਪੋਲੀਟੀਕਲ ਨਹੀਂ ਸੀਗੇ। ਸੋ ਇਸ ਕਰਕੇ ਜਿਹੜੇ ਜਲੰਧਰ ਦੇ ਲੋਕ ਨੇ ਉਹ ਜਿਹੜੀ ਪਿਤਾ ਪੁਰਖੀ ਰਾਜਨੀਤੀ ਹੋ ਰਹੀ ਆ ਉਹਨੂੰ ਪਲਟਣ ਦੇ ਰਹੋ ਚੱਲੋ। ਜਲੰਧਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਆਖਰੀ ਸਵਾਲ? ਇਹੀ ਆ ਕਿ ਸਰਕਾਰ ਦੇ ਕੰਮਾਂ ਨੂੰ ਦੇਖਦੇ ਹੋ, ਵੱਧ ਤੋਂ ਵੱਧ ਗਿਣਤੀ 'ਚ ਜਿਹੜੀਆਂ ਵੋਟਾਂ ਨੇ ਆਮ ਆਦਮੀ ਪਾਰਟੀ ਨੂੰ ਪਾਓ ਔਰ ਸੁਸ਼ੀਲ ਰਿੰਕੂ ਜੀ ਨੂੰ ਲੋਕ ਸਭਾ ਦੇ ਵਿੱਚ ਭੇਜੀ। ਧੰਨਵਾਦ। ਤਾਂ ਬਿਲਕੁਲ ਇਹ ਸਨ ਚੇਤਨ ਸਿੰਘ ਜੋੜਾ ਮਾਜਰਾ ਕੈਬਨਿਟ ਮੰਤਰੀ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਲੋਕਾਂ ਦੇ ਵਿੱਚ ਰਿਸਪੌਂਸ ਹੈ ਉਹ ਕਾਫੀ ਜ਼ਿਆਦਾ ਵਧੀਆ ਦੇਖਣ ਨੂੰ ਮਿਲ ਰਿਹਾ ਤੇ ਇਹੀ ਅਪੀਲ ਕਰ ਰਹੇ ਨੇ ਕਿ ਇਸ ਵਾਰੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਵੋਟ ਪਾ ਕੇ ਲੋਕ ਸਭਾ ਦੇ ਵਿੱਚ ਭੇਜਿਆ ਜਾਵੇ। ਕੈਮਰਾ ਪਰਸਨ ਰੋਹਿਤ ਨਾਲ ਹਿੰਮਤ ਸਿੰਘ ਇਕਬਾਲ, ਦੈਨਿਕ ਸਵੇਰਾ ਫਲੋਰ। ਦੈਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਇਕਬਾਲ। ਆਮ ਆਦਮੀ ਪਾਰਟੀ ਦੇ ਵੱਲੋਂ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਦੇ ਵਿੱਚ ਵਿਧਾਨ ਸਭਾ ਹਲਕਾ ਫਲੋਰ ਦੇ ਵਿੱਚ ਜਿਹੜਾ ਕਿ ਰੋਡ ਸ਼ੋਅ ਕੀਤਾ ਜਾ ਰਿਹਾ ਤਾਂ ਚੇਤਨ ਸਿੰਘ ਜੋੜਾ ਮਾਜਰਾ ਕੈਬਨਿਟ ਮੰਤਰੀ ਉੱਥੇ ਪਹੁੰਚੇ ਹੋਏ ਨੇ। ਚੇਤਨ ਜੀ ਕਿਵੇਂ ਦੇਖ ਰਹੇ ਹੋ ਫਲੋਰ ਦੇ ਵਿੱਚ ਅੱਜ ਰੋਡ ਸ਼ੋਅ ਕੱਢਿਆ ਜਾ ਰਿਹਾ, ਲੋਕਾਂ ਦੇ ਵਿੱਚ ਕਿਸ ਤਰ੍ਹਾਂ ਦਾ ਰਿਸਪੌਂਸ ਆ ਦੇਖਣ ਨੂੰ ਮਿਲ ਰਿਹਾ? ਦੇਖੋ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ 92 MLA ਬਣਾ ਕੇ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਸਰਕਾਰ ਬਣਾਈ ਆ ਔਰ ਇੱਕ ਸਾਲ ਦੇ ਵਿੱਚ ਜਿੰਨੇ ਕੰਮ ਪੰਜਾਬ ਸਰਕਾਰ ਨੇ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਪੰਜਾਬ ਦੇ ਕੀਤੇ ਨੇ ਰਿਕਾਰਡ ਹੈ ਇੱਕ ਸਾਲ ਦੇ ਵਿੱਚ ਇੰਨੇ ਕੰਮ ਕੀਤੇ ਹੁਣ ਸੋ ਉਸ ਨੂੰ ਦੇਖਦੇ ਹੋਏ ਆ ਜਲੰਧਰ ਜਿਹੜਾ ਹਲਕੇ ਦੀ ਲੋਕ ਸਭਾ ਬਾਈਪੋਲ ਹੋ ਰਹੀ ਆ ਉੱਥੇ ਲੋਕ ਵੱਡੀ ਜਿਹੜੇ ਮਾਰਜਨ ਦੇ ਨਾਲ ਜਿਤਾ ਕੇ ਲੋਕ ਸਭਾ ਦੇ ਵਿੱਚ ਸੁਸ਼ੀਲ ਰਿੰਕੂ ਜੀ ਨੂੰ ਭੇਜਣਗੇ। ਸੋ ਸਾਨੂੰ ਉਮੀਦ ਹੈ ਕਿ ਜਲੰਧਰ ਦੇ ਲੋਕ ਆਪਣੀ ਵੋਟ ਦਾ ਇਸਤੇਮਾਲ ਸਹੀ ਤਰੀਕੇ ਨਾਲ ਕਰਨਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਹੈ, ਇੱਕ ਸਾਲ ਲੰਘਾ, ਚਾਰ ਸਾਲ ਹੋਰ ਪਏ ਨੇ, ਹੋਰ ਵੀ ਬਹੁਤ ਸਾਰਾ ਕੰਮ ਹੈ ਅਸੀਂ ਪੰਜਾਬ ਦੇ ਵਿੱਚ ਕਰਨਾ ਚਾਹੁੰਦਾ। ਸੋ ਐਤਕੀ ਦੀ ਜਿਹੜੀ ਵੋਟ ਆ ਉਹ ਸਰਕਾਰ ਦੇ ਕੰਮਾਂ ਨੂੰ ਜਿਹੜੀ ਪੈਣ ਜਾ ਰਹੀ। ਕਿਤੇ ਜੀ ਲੋਕਾਂ ਦੇ ਵਿੱਚ ਵਿਚਰ ਰਹੇ ਹੋ, ਲੋਕਾਂ ਨਾਲ ਮੀਟਿੰਗਾਂ ਕਰ ਰਹੇ ਹੋ, ਡੋਰ ਟੂ ਡੋਰ ਵੀ ਹੋ ਰਹੇ ਹੋ, ਲੋਕਾਂ ਦੇ ਜ਼ਿਹਨ ਦੇ ਵਿੱਚ ਕੀ ਹੈ, ਲੋਕਾਂ ਦੇ ਮਨ 'ਚ ਕੀ ਚੱਲ ਰਿਹਾ? ਦੇਖੋ ਲੋਕ ਤਿਆਰ ਨੇ, ਲੋਕਾਂ ਨੂੰ ਪਤਾ ਹੈ ਕਿ ਇਸ ਹਲਕੇ ਦੀ ਜਿਵੇਂ ਗੱਲ ਫਲੋਰ ਦੇ ਵਿੱਚ ਆ ਜਿਹੜਾ MLA ਆ ਉਹਦੇ 'ਚ ਹੈਂਕੜੇ ਇੰਨੀ ਆ ਕਿ ਸਿੱਧੇ ਮੂੰਹ ਕਿਸੇ ਦੀ ਗੱਲ ਨਹੀਂ ਕਰਦਾ। ਸੋ ਇਸ ਕਰਕੇ ਔਰ ਜਿਹੜੀ ਸਰਕਾਰ ਕੰਮ ਕਰ ਰਹੀ ਉਹਨੂੰ ਦੇਖਦੇ ਹੋਏ ਜਿਹੜੇ ਬਹੁਤ ਸਾਰੇ ਵੱਡੇ ਮਾਰਜਨ 'ਤੇ ਅਸੀਂ ਫਲੋਰ ਵਿਧਾਨ ਸਭਾ ਵੀ ਜਿੱਤ ਕੇ ਦੇਵਾਂ ਔਰ ਜਲੰਧਰ ਵੀ ਜਿਹੜੀ ਜਿੱਤ ਕੇ ਭਗਵੰਤ ਮਾਨ ਜੀ ਦੀ ਝੋਲੀ ਅਰਵਿੰਦ ਕੇਜਰੀਵਾਲ ਦੀ ਝੋਲੀ ਲੱਗਦਾ। ਜੇਕਰ ਪਿਛਲੇ ਗੱਲ ਕਰੀਏ ਸੀਟਾਂ ਦੀ ਤਾਂ 2 ਤੋਂ 3 ਦਹਾਕਿਆਂ ਤੋਂ ਕਾਂਗਰਸ ਦਾ ਕਬਜ਼ਾ ਰਿਹਾ, ਹੁਣ ਤੁਸੀਂ ਵੀ ਸੜਕਾਂ 'ਤੇ ਘੁੰਮ ਰਹੇ ਹੋ, ਪਿੰਡਾਂ ਦੇ ਵਿੱਚ ਘੁੰਮ ਰਹੇ ਹੋ, ਸ਼ਹਿਰਾਂ 'ਚ ਘੁੰਮ ਰਹੇ ਹੋ, ਕੀ ਲੱਗਦਾ ਉਸ ਤਰੀਕੇ ਨਾਲ ਵਿਕਾਸ ਜਿਹੜਾ ਹੋਣਾ ਚਾਹੀਦਾ ਜਲੰਧਰ ਦਾ ਉਹ ਨਹੀਂ ਹੋਇਆ? ਦੇਖੋ ਇਹ ਤਾਂ ਬਿਲਕੁਲ ਨੇਚਰਲੀ ਆ, ਇੱਕ ਜਿਹੜੀ ਬਾਬੇ ਦਾਦਿਆਂ ਤੋਂ ਜਿਹੜੇ ਆ ਇਲੈਕਸ਼ਨ ਲੜਦੇ ਆ ਰਹੇ ਤੇ ਉਹੀ ਨੇ ਆਮ ਆਦਮੀ ਪਾਰਟੀ ਦੇ ਉਹ ਲੋਕ ਨੇ ਜਿਨ੍ਹਾਂ ਦੇ ਕੋਈ ਪਿਤਾ ਪੁਰਖੀ ਕੋਈ ਪੋਲੀਟੀਕਲ ਨਹੀਂ ਸੀਗੇ। ਸੋ ਇਸ ਕਰਕੇ ਜਿਹੜੇ ਜਲੰਧਰ ਦੇ ਲੋਕ ਨੇ ਉਹ ਜਿਹੜੀ ਪਿਤਾ ਪੁਰਖੀ ਰਾਜਨੀਤੀ ਹੋ ਰਹੀ ਆ ਉਹਨੂੰ ਪਲਟਣ ਦੇ ਰਹੋ ਚੱਲੋ। ਜਲੰਧਰ ਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਆਖਰੀ ਸਵਾਲ? ਇਹੀ ਆ ਕਿ ਸਰਕਾਰ ਦੇ ਕੰਮਾਂ ਨੂੰ ਦੇਖਦੇ ਹੋ, ਵੱਧ ਤੋਂ ਵੱਧ ਗਿਣਤੀ 'ਚ ਜਿਹੜੀਆਂ ਵੋਟਾਂ ਨੇ ਆਮ ਆਦਮੀ ਪਾਰਟੀ ਨੂੰ ਪਾਓ ਔਰ ਸੁਸ਼ੀਲ ਰਿੰਕੂ ਜੀ ਨੂੰ ਲੋਕ ਸਭਾ ਦੇ ਵਿੱਚ ਭੇਜੀ। ਧੰਨਵਾਦ। ਤਾਂ ਬਿਲਕੁਲ ਇਹ ਸਨ ਚੇਤਨ ਸਿੰਘ ਜੋੜਾ ਮਾਜਰਾ ਕੈਬਨਿਟ ਮੰਤਰੀ ਜਿਨ੍ਹਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਲੋਕਾਂ ਦੇ ਵਿੱਚ ਰਿਸਪੌਂਸ ਹੈ ਉਹ ਕਾਫੀ ਜ਼ਿਆਦਾ ਵਧੀਆ ਦੇਖਣ ਨੂੰ ਮਿਲ ਰਿਹਾ ਤੇ ਇਹੀ ਅਪੀਲ ਕਰ ਰਹੇ ਨੇ ਕਿ ਇਸ ਵਾਰੀ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੂੰ ਵੋਟ ਪਾ ਕੇ ਲੋਕ ਸਭਾ ਦੇ ਵਿੱਚ ਭੇਜਿਆ ਜਾਵੇ। ਕੈਮਰਾ ਪਰਸਨ ਰੋਹਿਤ ਨਾਲ ਹਿੰਮਤ ਸਿੰਘ ਇਕਬਾਲ, ਦੈਨਿਕ ਸਵੇਰਾ ਫਲੋਰ।